ਸ੍ਰੀ ਮੁਕਤਸਰ ਸਾਹਿਬ ਤੋਂ ਜਿਸ ਦੀ ਆਰੰਭਤਾ ਹੋਈ ਸੀ 1 ਮਾਰਚ ਨੂੰ, ਅਤੇ ਪੜਾਅ ਦਰ ਪੜਾਅ ਹੁੰਦਾ ਆ, ਰਾਤ ਡੇਰਾ ਬਾਬਾ ਨਾਨਕ ਵਿੱਚ ਵਿਸ਼ਰਾਮ ਸੀ। ਅਤੇ ਹੁਣ ਦੀ ਜਿਹੜੀ ਰਵਾਨਗੀ ਹੈ ਸ਼੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਹੋਣੀ ਹੈ। ਅਤੇ ਇਸ ਨਗਰ ਕੀਰਤਨ ਦੇ ਵਿੱਚ ਦੇਖਿਆ ਨਾ ਤੁਸੀਂ, ਪਿੱਛੇ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਰਹਿ ਗਏ, ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ, ਨਾਲ ਹੀ ਉਹਨਾਂ ਦਾ ਕੀ ਇਤਿਹਾਸ ਸੀਗਾ, ਉਹ ਇਤਿਹਾਸ ਵੀ ਨਾਲ ਦੀ ਨਾਲ ਚੱਲ ਰਿਹਾ। ਤਾਂ ਇਹ ਜਿਹੜਾ ਨਗਰ ਕੀਰਤਨ ਦਾ ਮਕਸਦ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੇ ਅੰਤਲੇ 18 ਇਹ ਵਰੇ ਇਸ ਮਹਾਨ ਪਵਿੱਤਰ ਸਥਾਨ 'ਤੇ ਬਿਤਾਏ, ਉੱਥੇ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਸਕੋ ਦਾ ਜਿਹੜਾ ਸੰਦੇਹ ਦਿੱਤਾ। ਅੱਜ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਮਲੀ ਰੂਪ 'ਤੇ ਅਪਣਾਉਣ ਦੀ ਬੜੀ ਲੋੜ ਹੈ। ਬੜੀਆਂ ਬੁਰਾਈਆਂ ਅਤੇ ਬੜੇ ਜਿਹੜੇ ਉਹ ਜਿਹੜਾ ਸਮਾਜ ਦੇ ਵਿੱਚ ਭੈੜੀਆਂ ਕ੍ਰਿਤੀਆਂ ਜਨਮ ਲੈ ਚੁੱਕੀਆਂ, ਅਤੇ ਇਸ ਤੋਂ ਜੇ ਛੁਟਕਾਰਾ ਹੋਣਾ ਤਾਂ ਆਪਾਂ ਨੂੰ ਸਤਿਗੁਰੂ ਮਹਾਰਾਜ ਦੇ ਉਹਨਾਂ ਸਿਧਾਂਤਾਂ ਨੂੰ ਅਪਣਾਉਣਾ ਪੈਣਾ। ਇਸ ਚੀਜ਼ ਦੇ ਪ੍ਰਚਾਰ ਵਾਸਤੇ ਨਗਰ ਹੈ ਜੋ ਆਪਣਾ ਨਰੂਲ ਸੇਵਾ ਸੰਸਥਾ ਦੇ ਵੱਲੋਂ ਇਹ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ। ਆਓ, ਸਤਿਗੁਰਾਂ ਨੇ ਜੋ ਆਪਾਂ ਨੂੰ ਮਹਾਨ ਰਸਾ ਦੱਸਿਆ ਉਹਦੇ ਉੱਤੇ ਚੱਲ ਕੇ ਗੁਰੂਆਂ ਪੀਰਾਂ ਦੀ ਸਪਵਿੱਤਰ ਧਰਤੀ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਅਤੇ ਆਪਣਾ ਜੀਵਨ ਖੁਸ਼ਹਾਲ ਕਰੀਏ। ਮੈਨੂੰ ਇਹ ਦੱਸੋ ਵੀ ਜਿਹੜੀ ਪ੍ਰਕਿਰਿਆ ਵਾ, ਤੁਹਾਨੂੰ ਆਰਾਮ ਨਾਲ ਸਾਰਿਆਂ ਨੂੰ ਮਿਲ ਗਿਆ, ਪਰਮਿਸ਼ਨ ਮਿਲ ਗਈ ਹੈ ਜਾਂ ਕੋਈ ਦਿੱਕਤ ਆਈ? ਬਿਲਕੁਲ ਬਿਲਕੁਲ, ਮੈਂ ਹੁਣੇ ਆਪਣੇ ਜੋ ਹਿੰਦੁਸਤਾਨ ਦੇ ਜੋ ਸਾਰੇ ਵਾਲਾ ਅਧਿਕਾਰੀ ਹੈ ਉਹਨਾਂ ਨੂੰ ਮਿਲ ਕੇ ਆਇਆ। ਬਹੁਤ ਹੀ ਸਹਿਯੋਗ ਅਤੇ ਬੜੇ ਉਹ ਸਾਡਾ ਸਹਿਯੋਗ ਕਰਦੇ ਆ, ਹਰੇਕ ਕੰਮ ਦੇ ਵਿੱਚ ਉਹ ਸਾਡਾ ਸਹਿਯੋਗ ਦਿੰਦੇ। ਤੁਸੀਂ ਇਹ ਦੱਸੋ ਵੀ ਮਹਾਰਾਜ ਜਿਹੜੇ ਗੱਡੀਆਂ ਵੀ ਅੰਦਰ ਜਾਣ ਦੇਣਗੀਆਂ ਜਾਂ ਮਹਾਰਾਜ ਸਰੂਪ ਹੀ ਤੁਸੀਂ ਪਰਮਿਸ਼ਨ ਲਈ ਹੈ? ਜਿਸ ਤਰ੍ਹਾਂ ਦਾ ਜੋ ਇਹਨਾਂ ਦਾ ਜੋ ਪ੍ਰੋਸੈਸ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪੰਜ ਪਿਆਰੇ ਨਿਸ਼ਾਨਚੀ ਸਿੰਘ ਅਤੇ ਗੁਰੂ ਕੀ ਸੰਗਤ ਉਹ ਜਿਹੜਾ ਬਾਰਡਰ ਕ੍ਰੋਸ ਕਰਨਗੇ, ਅਤੇ ਜਿਹੜੇ ਬਾਕੀ ਸਾਧਨ ਹੈ ਪਾਲਕੀ ਸਾਹਿਬ ਜਾਂ ਪੰਜ ਪਿਆਰੇ ਨਿਸ਼ਾਨਚੀ ਸਿੰਘ ਵਾਲੀ ਗੱਡੀ ਜਾਂ ਆਪਣਾ ਹੋਰ ਜਿੰਨੇ ਵੀ ਸਾਧਨ ਹੈ ਉਹ ਪਾਕਿਸਤਾਨ ਦੀ ਜਿਹੜੀ ਉਹ ਸਿੱਖ ਸੰਗਤ ਹੈ ਜਾਂ ਪ੍ਰਬੰਧਕ ਕਮੇਟੀ ਹੈ ਉਹ ਉੱਥੇ ਜੀਰੋ ਲਾਈਨ 'ਤੇ ਲੈ ਕੇ ਖੜ੍ਹੇ ਨੇ। ਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਜਿਸ ਦੀ ਆਰੰਭਤਾ ਹੋਈ ਸੀ 1 ਮਾਰਚ ਨੂੰ, ਅਤੇ ਪੜਾਅ ਦਰ ਪੜਾਅ ਹੁੰਦਾ ਆ, ਰਾਤ ਡੇਰਾ ਬਾਬਾ ਨਾਨਕ ਵਿੱਚ ਵਿਸ਼ਰਾਮ ਸੀ। ਅਤੇ ਹੁਣ ਦੀ ਜਿਹੜੀ ਰਵਾਨਗੀ ਹੈ ਸ਼੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਹੋਣੀ ਹੈ। ਅਤੇ ਇਸ ਨਗਰ ਕੀਰਤਨ ਦੇ ਵਿੱਚ ਦੇਖਿਆ ਨਾ ਤੁਸੀਂ, ਪਿੱਛੇ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਰਹਿ ਗਏ, ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ, ਨਾਲ ਹੀ ਉਹਨਾਂ ਦਾ ਕੀ ਇਤਿਹਾਸ ਸੀਗਾ, ਉਹ ਇਤਿਹਾਸ ਵੀ ਨਾਲ ਦੀ ਨਾਲ ਚੱਲ ਰਿਹਾ। ਤਾਂ ਇਹ ਜਿਹੜਾ ਨਗਰ ਕੀਰਤਨ ਦਾ ਮਕਸਦ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੇ ਅੰਤਲੇ 18 ਇਹ ਵਰੇ ਇਸ ਮਹਾਨ ਪਵਿੱਤਰ ਸਥਾਨ 'ਤੇ ਬਿਤਾਏ, ਉੱਥੇ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਸਕੋ ਦਾ ਜਿਹੜਾ ਸੰਦੇਹ ਦਿੱਤਾ। ਅੱਜ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਮਲੀ ਰੂਪ 'ਤੇ ਅਪਣਾਉਣ ਦੀ ਬੜੀ ਲੋੜ ਹੈ। ਬੜੀਆਂ ਬੁਰਾਈਆਂ ਅਤੇ ਬੜੇ ਜਿਹੜੇ ਉਹ ਜਿਹੜਾ ਸਮਾਜ ਦੇ ਵਿੱਚ ਭੈੜੀਆਂ ਕ੍ਰਿਤੀਆਂ ਜਨਮ ਲੈ ਚੁੱਕੀਆਂ, ਅਤੇ ਇਸ ਤੋਂ ਜੇ ਛੁਟਕਾਰਾ ਹੋਣਾ ਤਾਂ ਆਪਾਂ ਨੂੰ ਸਤਿਗੁਰੂ ਮਹਾਰਾਜ ਦੇ ਉਹਨਾਂ ਸਿਧਾਂਤਾਂ ਨੂੰ ਅਪਣਾਉਣਾ ਪੈਣਾ। ਇਸ ਚੀਜ਼ ਦੇ ਪ੍ਰਚਾਰ ਵਾਸਤੇ ਨਗਰ ਹੈ ਜੋ ਆਪਣਾ ਨਰੂਲ ਸੇਵਾ ਸੰਸਥਾ ਦੇ ਵੱਲੋਂ ਇਹ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ। ਆਓ, ਸਤਿਗੁਰਾਂ ਨੇ ਜੋ ਆਪਾਂ ਨੂੰ ਮਹਾਨ ਰਸਾ ਦੱਸਿਆ ਉਹਦੇ ਉੱਤੇ ਚੱਲ ਕੇ ਗੁਰੂਆਂ ਪੀਰਾਂ ਦੀ ਸਪਵਿੱਤਰ ਧਰਤੀ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਅਤੇ ਆਪਣਾ ਜੀਵਨ ਖੁਸ਼ਹਾਲ ਕਰੀਏ। ਮੈਨੂੰ ਇਹ ਦੱਸੋ ਵੀ ਜਿਹੜੀ ਪ੍ਰਕਿਰਿਆ ਵਾ, ਤੁਹਾਨੂੰ ਆਰਾਮ ਨਾਲ ਸਾਰਿਆਂ ਨੂੰ ਮਿਲ ਗਿਆ, ਪਰਮਿਸ਼ਨ ਮਿਲ ਗਈ ਹੈ ਜਾਂ ਕੋਈ ਦਿੱਕਤ ਆਈ? ਬਿਲਕੁਲ ਬਿਲਕੁਲ, ਮੈਂ ਹੁਣੇ ਆਪਣੇ ਜੋ ਹਿੰਦੁਸਤਾਨ ਦੇ ਜੋ ਸਾਰੇ ਵਾਲਾ ਅਧਿਕਾਰੀ ਹੈ ਉਹਨਾਂ ਨੂੰ ਮਿਲ ਕੇ ਆਇਆ। ਬਹੁਤ ਹੀ ਸਹਿਯੋਗ ਅਤੇ ਬੜੇ ਉਹ ਸਾਡਾ ਸਹਿਯੋਗ ਕਰਦੇ ਆ, ਹਰੇਕ ਕੰਮ ਦੇ ਵਿੱਚ ਉਹ ਸਾਡਾ ਸਹਿਯੋਗ ਦਿੰਦੇ। ਤੁਸੀਂ ਇਹ ਦੱਸੋ ਵੀ ਮਹਾਰਾਜ ਜਿਹੜੇ ਗੱਡੀਆਂ ਵੀ ਅੰਦਰ ਜਾਣ ਦੇਣਗੀਆਂ ਜਾਂ ਮਹਾਰਾਜ ਸਰੂਪ ਹੀ ਤੁਸੀਂ ਪਰਮਿਸ਼ਨ ਲਈ ਹੈ? ਜਿਸ ਤਰ੍ਹਾਂ ਦਾ ਜੋ ਇਹਨਾਂ ਦਾ ਜੋ ਪ੍ਰੋਸੈਸ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪੰਜ ਪਿਆਰੇ ਨਿਸ਼ਾਨਚੀ ਸਿੰਘ ਅਤੇ ਗੁਰੂ ਕੀ ਸੰਗਤ
ਉਹ ਜਿਹੜਾ ਬਾਰਡਰ ਕ੍ਰੋਸ ਕਰਨਗੇ ਤੇ ਜਿਹੜੇ ਬਾਕੀ ਸਾਧਨ ਹੈ ਪਾਲਕੀ ਸਾਹਿਬ ਜਾਂ ਪੰਜ ਪਿਆਰੇ ਨਿਸ਼ਾਨਚੀ ਸਿੰਘ ਵਾਲੀ ਗੱਡੀ ਜਾਂ ਆਪਣਾ ਹੋਰ ਜਿੰਨੇ ਵੀ ਸਾਧਨ ਹੈ ਉਹ ਪਾਕਿਸਤਾਨ ਦੀ ਜਿਹੜੀ ਉਹ ਸਿੱਖ ਸੰਗਤ ਹੈ ਜਾਂ ਪ੍ਰਬੰਧਕ ਕਮੇਟੀ ਹੈ ਉਹ ਉੱਥੇ ਜੀਰੋ ਲਾਈਨ ਤੇ ਲੈ ਕੇ ਖੜੇ ਨੇ।